ਸਾਡੇ ਅੰਮ੍ਰਿਤਸਰ ਪੁਲਿਸ ਦੇ SP ਸ਼੍ਰੀ ਅਭਿਮਨਿਊ ਰਾਣਾ ਜੀ ਨੂੰ ਮਿਲੀ ਸੂਚਨਾ ਦੇ ਆਧਾਰ 'ਤੇ ਕਿ ਕੁਛ ਵਿਅਕਤੀ ਪਾਕਿਸਤਾਨ ਪਾਰ ਬਾਰਡਰ ਤੋਂ ਨਸ਼ਾ ਲਿਆ ਕੇ ਇੱਥੇ ਅੰਮ੍ਰਿਤਸਰ ਦੇ ਵਿੱਚ ਸਪਲਾਈ ਕਰਨ ਦੀ ਤਾਕ ਦੇ ਵਿੱਚ ਨੇ, ਉਹਦੇ ਆਧਾਰ 'ਤੇ ਇੱਕ ਕੇਸ ਦਰਜ ਕਰਕੇ ਉਹਨੂੰ ਫੋਲੋਅਪ ਕਰਕੇ ਇੱਕ ਜਿਹੜਾ ਵਿਅਕਤੀ ਆ ਲਖਵਿੰਦਰ ਸਿੰਘ ਉਰਫ ਲੱਖਾ ਖੇਮਕਰ ਨਿਵਾਸੀ ਤਰਨ ਤਾਰਨ, ਉਹਨੂੰ ਉੱਥੋਂ ਖੇਮਕਰ ਤੋਂ ਜਾ ਕੇ ਕਾਬੂ ਕੀਤਾ ਅਤੇ ਉਹਨੂੰ ਜਿਹੜਾ ਐਡਵਾਂਸ ਸੀ ਆ ਜਿਹੜੀ ਉਹਦੇ ਕੋਲੋਂ 5 ਕਿਲੋ ਜਿਹੜੀ ਹੀਰੋਇਨ ਆ, ਇੱਕ ਮੋਟਰਸਾਈਕਲ ਅਤੇ ਮੋਬਾਈਲ ਫੋਨ ਬਰਾਮਦ ਕੀਤਾ। ਇਸ ਤਰ੍ਹਾਂ ਜਿਹੜੀ ਇੱਕ ਵਿਰੋਧੀ ਦੇਸ਼ ਦੀ ਜਿਹੜੀ ਸਾਡੇ ਦੇਸ਼ ਵਿੱਚ ਜਿਹੜੀ ਹੀਰੋਇਨ ਨੂੰ ਸਪਲਾਈ ਕਰਨ ਦਾ ਜਿਹੜਾ ਉਹ ਕੋਸ਼ਿਸ਼ ਸੀ ਉਹਨੂੰ ਨਾਕਾਮ ਕੀਤਾ ਅਤੇ ਉਹਨੂੰ ਅੰਮ੍ਰਿਤਸਰ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਕਾਬੂ ਕਰਕੇ ਉਹਦੀ ਜਿਹੜੀ ਤਫਤੀਸ਼ ਕੀਤੀ ਜਾ ਰਹੀ। ਖੇਮਕਰਨ ਬਾਰਡਰ ਤੋਂ ਉਰਲੇ ਪਾਸੇ, ਬਾਰਡਰ ਦੇ ਨਾਲ ਹੀ ਆ, ਬਾਰਡਰ ਤੋਂ ਉਰੇ ਹੈਗਾ ਪਿੰਡ। ਇਹ ਨਵੀਂ FIR ਦਰਜ ਹੋਈ ਜੀ, 130 ਨੰਬਰ FIR ਆ, ਇਹ ਕੱਲ੍ਹ ਦਰਜ ਹੋਈ ਆ, 21-23-25-61 NDPS ਐਕਟ ਥਾਣਾ ਇਸਲਾਮਾਬਾਦ ਅੰਮ੍ਰਿਤਸਰ। ਇਹ ਪਾਕਿਸਤਾਨ ਤੋਂ ਅਲੀ ਨਾਮੀ ਸਮਗਲਰ ਹੈਗਾ ਜੀ, ਉਹਨੇ ਸਪਲਾਈ ਕੀਤੀ। ਮਾਰਕੀਟ ਵੈਲਿਊ ਅਸੀਂ ਮਾਰਕੀਟ ਵੈਲਿਊ ਨੂੰ ਦੇਖਦੇ, ਮਾਰਕੀਟ ਵੈਲਿਊ ਇੱਥੇ ਦੀ ਹੋਰ ਆ, ਅਮੈਰੀਕਾ ਦੀ ਹੋਰ ਆ, ਕਿਤੇ ਦੀ ਹੋਰ ਆ। ਸਾਡੇ ਲਈ ਜਿਹੜਾ ਨਸ਼ਾ ਗਾ ਨਸ਼ਾ, ਅਸੀਂ ਇਹਨੂੰ ਕੋਈ ਸਪਲਾਈ ਕਰਕੇ ਨਾ ਇਹਦਾ ਕੋਈ ਮੁੱਲ ਪਾਉਣਾ ਅਤੇ ਨਾ ਵੇਚਣਾ, ਅਸੀਂ ਡਿਸਟਰੋਏ ਕਰਨਾ, ਸਾਡੇ ਲਈ ਮਾਰਕੀਟ ਵੈਲਿਊ ਦੀ ਕਮੈਂਟ ਕਰਨੀ ਪਾ ਦਿੱਤੀ। ਕੱਲ੍ਹ ਆਈ ਸੀ ਅਤੇ ਅੰਮ੍ਰਿਤਸਰ ਆਉਣੀ ਸੀ ਜੀ, ਅੰਮ੍ਰਿਤਸ਼ਹਿਰ 'ਚੋਂ ਅੱਗੇ ਆ ਕੇ ਇਹਨਾਂ ਨੇ ਗਾਂਹ ਪੈਡਲਰਸ ਦੇ ਰਾਹੀਂ ਕਿਹਨੂੰ ਸਪਲਾਈ ਕਰਨੀ ਸੀ, ਕੀ ਕਰਨੀ ਸੀ, ਦੈਟ ਵਿਲ ਬੀ ਕੰਸੀਡਰਡ ਇਨ ਇਨਵੈਸਟੀਗੇਸ਼ਨ। ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ, ਸੌਰੀ ਵੀ ਕਾਂਟ ਡਿਸਟਰਬ। ਇਹਦੇ ਖਿਲਾਫ਼ ਪਹਿਲਾਂ ਕੋਈ ਦਰਜ ਨਹੀਂ। ਵਿਦੇਸ਼ੀ ਲਿੰਕ ਹੀ ਆ ਨਾ, ਪਾਕਿਸਤਾਨ ਦਾ ਜਿਹੜਾ ਬੰਦਾ ਹੈਗਾ ਅਲੀ ਆ, ਉਹ ਵਿਦੇਸ਼ੀ ਲਿੰਕ ਹੀ ਆ। ਇੱਕ ਡਿਪਾਰਟਮੈਂਟ ਨੂੰ ਗੁੰਮਰਾਹ ਕਰਨ ਵਾਸਤੇ ਮੈਨੇਜਰ ਦੇ ਲੱਖੇ ਵਗੈਰਾ ਬੈਠੇ ਨੇ, ਉਹਨਾਂ ਦਾ ਲਿੰਕ ਨਹੀਂ ਹੈ ਜੀ, ਲੰਡੇ ਦਾ ਲਿੰਕ ਨਹੀਂ। ਨਹੀਂ, ਲੰਡੇ ਦਾ ਇਹਦੇ 'ਚ ਕੋਈ ਨਹੀਂ ਹੈਗਾ, ਸਿਰਫ ਉਹ ਅਲੀ ਦਾ ਹੀ ਲਿੰਕ ਹੈਗਾ, ਉਹ ਜਿਹੜਾ ਵਿਦੇਸ਼ੀ ਲਿੰਕ ਹੀ ਆ। ਸਰ ਇਹਦਾ ਬੈਕਗ੍ਰਾਉਂਡ ਕੀ ਹੈ, ਕੰਮ ਕੁੰਮ ਕੀ ਕਰਦੇ ਆ, ਏਜ ਕੀ ਹੈ ਜੀ ਨਾਲੇ? ਇਹ ਮਜ਼ਦੂਰੀ ਦਾ ਕੰਮ ਕਰਦਾ, 5-6 ਕਲਾਸਾਂ ਪੜ੍ਹਿਆ ਵਾ। ਇਹਨੂੰ ਜਿਹੜੇ ਪਾਕਿਸਤਾਨ ਦੇ ਜਿਹੜੇ ਬੰਦੇ ਨੇ ਉਹ ਅਜਿਹੇ ਬੰਦਿਆਂ ਨੂੰ ਯੂਜ਼ ਕਰ ਲੈਂਦੇ ਨੇ, ਉਹ ਯੂਜ਼ ਕਰਕੇ ਆਪਣੇ ਤਰੀਕੇ ਨਾਲ ਆਪਣਾ ਕੰਮ ਲੈਂਦੇ। ਇਹਦੇ ਖਿਲਾਫ਼ ਕੋਈ ਪਹਿਲਾਂ ਮੁਕਦਮਾ ਦਰਜ ਨਹੀਂ। ਸਰ ਲਿੰਕ ਕਿਹਦੇ ਲਿੰਕ ਵਿੱਚ ਆਇਆ ਜੀ? ਹੈਂਜੀ, ਕਿਹਦੇ ਲਿੰਕ ਵਿੱਚ ਆਇਆ? ਲਿੰਕ 'ਚ ਮਤਲਬ ਕਿਹਦੇ ਥਰੂ ਲਿਆਂਦੀ? ਅਲੀ ਜਿਹੜਾ ਫੋਰਨ ਪਾਕਿਸਤਾਨ 'ਚ ਬੈਠਾ, ਇੰਡੀਆ ਦਾ ਅੰਮ੍ਰਿਤਸਰ ਦੇ ਬੰਦੇ ਹੈਗੇ ਨੇ, ਉਹਨੂੰ ਆਇਡੈਂਟੀਫਾਈ ਕਰਾਂਗੇ, ਉਹ ਬੈਕਵਰਡ ਫਾਰਵਰਡ ਲਿੰਕੇਜ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਸਟੈਬਲਿਸ਼ ਹੋਊਗਾ ਉਹਨਾਂ ਦਾ ਰਿਕਾਰਡ ਵੀ ਕਰਾਂਗੇ। ਸਰ ਪਹਿਲਾਂ ਵੀ ਕੋਈ ਕੰਸਾਈਨਮੈਂਟ ਮੰਗਵਾ ਚੁੱਕਾ ਜੀ? ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ।